ਅੱਜ ਦੀ ਵੀਡੀਓ ਆਮ ਦਿਨਾਂ ਨਾਲੋਂ ਲੰਮੀ ਹੋਊਗੀ ਕਿਉਂਕਿ ਅੱਜ ਦਾ ਸਫ਼ਰ ਵੀ ਥੋੜ੍ਹਾ ਜਿਹਾ ਲੰਮਾ ਸੀ ਅਤੇ ਰਾਹ ਦੇ ਵਿੱਚ ਥਾਵਾਂ ਬਹੁਤ ਸੀ ਦੇਖਣ ਵਾਲੀਆਂ, ਕਿਲੋ ਕਿਲੋਮੀਟਰ ਬਾਅਦ ਝਾਕੇ ਬਦਲੀ ਜਾਂਦੇ ਆ, ਅਤੇ ਬੇਨਤੀ ਇਹ ਆ ਸਾਰੀ ਦੀ ਸਾਰੀ ਦੇਖਿਓ, ਬਹੁਤ ਸੋਹਣੀ ਗੱਲਬਾਤ ਹੋਊਗੀ। ਤੇ ਕਿਰਤਾਨੂ ਬਹੂਰ ਪਏ ਆਓ ਖੜਾ ਆਪਣਾ ਟਰੈਕ ਮਾਰਲਿਨ ਸੱਤ, ਤੜਕੋ ਤੜਕੇ ਆਪਾਂ ਨੂੰ ਇੱਥੇ ਬੈਠਿਆਂ ਨੂੰ ਚਾਹ ਮਿਲ ਗਈ। ਧੰਨਵਾਦ ਤੁਹਾਡਾ ਬਹੁਤ ਬਹੁਤ ਵੀਰੇ। ਹੁਣ ਆਪਾਂ ਇਹ ਤੋਂ ਬਾਅਦ ਚੱਲਦੇ ਹਾਂ, ਇਸ਼ਨਾਨ ਪਾਣੀ ਕਰਦੇ ਹਾਂ। ਦਰਿਆ ਸਪਿਤੀ ਦਾ ਖੜਕਾ ਇੱਧਰਲੇ ਪਾਸੇ ਆਪਾਂ ਨੂੰ ਸੁਣੀ ਜਾਂਦਾ, ਠੀਕ ਹੈ ਭਾਜੀ? ਤੁਹਾਡਾ ਨੱਕ ਆ ਗਿਆ ਸੀ ਥੋੜ੍ਹਾ ਜਿਹਾ ਵਿੱਚ। ਤੜਕੇ 6:30 ਦਾ ਸਮਾਂ, ਹੁਣ 6:30 ਦਾ ਇੱਥੇ ਇਹੋ ਜਿਹਾ ਮਾਹੌਲ ਵੱਜਿਆ ਹੋਇਆ। ਦਰਿਆ ਸਤਲੁਜ ਦਾ ਨਾਂ ਆ ਜਾਂਦਾ ਉਹ ਮੂੰਹ 'ਤੇ, ਸਪੀਤੀ ਆ ਵੀਰੇ ਸਪੀਤੀ। ਇੱਧਰਲੇ ਪਾਸੇ ਆਪਣਾ ਤੰਬੂ ਲਾਇਆ ਹੋਇਆ ਸੀ। ਹੁਣ ਆਪਾਂ ਚੱਲਦੇ ਹਾਂ ਇਸ਼ਨਾਨੇ ਸੋਧਣ, ਚਾਹ ਵਾਲੇ ਗਲਾਸ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਅੱਜ 26 ਅਗਸਤ 2022 ਆਪਾਂ ਚੱਲੇ ਹਾਂ ਜਿਹੜੀ ਜਗ੍ਹਾ ਆਪਾਂ ਖੜ੍ਹੇ ਹਾਂ ਸਮਡੋ, ਸਮਡੋ ਤੋਂ ਚੱਲੇ ਹਾਂ ਆਪਾਂ ਗਿਓ। ਗਿਓ ਇੱਥੋਂ 12-13 ਕਿਲੋਮੀਟਰ ਬਾਰਡਰ 'ਤੇ ਸਿੱਧੀ ਚੜ੍ਹਾਈ ਆ। ਗਿਓ ਜਾ ਕੇ ਥੱਲੇ ਮੁੜਾਂਗੇ, ਫਿਰ ਹੁਰਲਿੰਗ ਅਤੇ ਨਾਲ ਫਿਰ ਆਪਾਂ ਤਾਬੂ। ਉਮੀਦ ਆ ਵੀ ਅੱਜ ਦੀ ਰਾਤ ਆਪਾਂ ਤਾਬੂ ਜਾ ਕੇ ਲਾਵਾਂਗੇ। ਬਾਕੀ ਦੱਸ ਪਤਾ ਲੱਗੂਗਾ ਵੀ ਰਾਹ ਕਿਵੇਂ ਦਾ ਕੀ ਗੱਲਬਾਤ ਆ। ਅਤੇ ਜੁੜੇ ਰਹੋ ਆਪਣੇ ਸਫ਼ਰ ਦੇ ਨਾਲ, ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਿਹੜਾ ਕੁਛ ਹੁੰਦਾ ਉਹ ਕਰੀ ਚੱਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਮਿਲਦੇ ਹਾਂ ਆਪਾਂ ਅੱਜ ਦੇ ਸਫ਼ਰ ਦੇ ਵਿੱਚ। ਲੀੜੇ ਧੋਤੇ ਸੀਗੇ ਰਾਤ, ਇੱਥੇ ਨਾ ਠੰਡ ਤਾਂ ਹੁੰਦੀ ਆ ਪਰ ਹਵਾ ਬਹੁਤ ਤੇਜ਼ ਵਗਦੀ ਆ, ਤਾਂ ਕਰਕੇ ਲੀੜਾ ਕੱਪੜੇ ਨਾਲ ਦੇ ਮੈਂ ਸੁੱਕ ਜਾਂਦਾ। ਹਵਾ ਹੁੰਦੀ ਵੀ ਖੁਸ਼ਕ ਆ ਜਾਵਾਂ। ਹਾਂ ਖੁਸ਼ਕ ਆ, ਬੁੱਲ ਪਾਟ ਗਏ। ਹੁਣ ਆਪਾਂ ਚੱਲੇ ਹਾਂ ਅਗਲੇ ਸਫ਼ਰ 'ਤੇ। ਰਾਤ ਆਪਾਂ ਇੱਥੇ PW ਰੈਸਟੋਰੈਂਟ ਵਿੱਚ ਟੈਂਟ ਲਾਇਆ ਸੀ। ਇਹ ਬਾਈ ਹੁਣੀ ਨੇ ਜ਼ਿਲ੍ਹਾ ਲੁਧਿਆਣਾ ਪਿੰਡ ਇਸੇਵਾਲ ਪ੍ਰਭਦੀਪ ਸਿੰਘ, ਅਤੇ ਇਹਨਾਂ ਕੋਲ ਰਹੇ, ਮਤਲਬ ਕਿ ਨਹਾਉਣ ਧੋਣ ਦਾ ਅਤੇ ਕੱਪੜੇ ਕੁੱਪੜੇ ਧੋਤੇ ਗਏ, ਸਾਡਾ ਸਾਰਾ ਕੰਮ ਹੋ ਗਿਆ ਖਾਣ ਪੀਣ ਦਾ। ਬਹੁਤ ਬਹੁਤ ਧੰਨਵਾਦ ਬਾਈ ਪ੍ਰਭਦੀਪ, ਪਿੰਡ ਇਸੇਵਾਲ ਦੇ ਜਿੰਨੇ ਵੀਰ ਭਰਾ ਦੇਖਦੇ ਆ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਅਤੇ ਮਿਲਦੇ ਹਾਂ ਬਾਈ ਪੰਜਾਬ 'ਚ ਹੁਣ। ਚੰਗਾ ਵੀਰੇ। ਜੋ ਕਿ ਚੱਲਦੇ ਭਲੇ ਅਤੇ ਨਗਰੀ ਵੱਸਦੀ ਭਲੀ, ਦਰਿਆ ਸਪਿਤੀ ਦੇ ਨਾਲ ਨਾਲ ਆਪਾਂ 2-2.5 ਕਿਲੋਮੀਟਰ ਨੈਸ਼ਨਲ ਹਾਈਵੇ 'ਤੇ ਹੋਰ ਜਾਣਾ। ਉਦੋਂ ਬਾਅਦ ਆਪਾਂ ਇੱਕ ਲਿੰਕ ਸੜਕ 'ਤੇ ਚੜ੍ਹਾਂਗੇ ਪਿੰਡ ਗਿਊ ਵੱਲ। ਆਪਾਂ ਫਿਰਦੇ ਸਮਡੂ ਹਾਂ, ਪਰ ਇਹ ਵੀ ਪਿੰਡ ਗਿਊ ਦਾ ਹੀ ਇਲਾਕਾ ਸਾਰੇ ਦਾ ਸਾਰਾ। ਫਿਰ ਦੇਖਦੇ ਹਾਂ ਝੱਟ ਠੀਕ ਆ, ਬਹੁਤ ਜਾਣੇ ਇੱਥੇ ਬਾਈ। ਗਿਊ ਕੋ ਰਾਸਤਾ ਅੱਗੇ ਆ। ਰਾਮ ਰਾਮ ਵੀਰੇ, ਰਾਮ ਰਾਮ। ਗੇਟ ਬਣਾ ਹੋਇਆ ਕਹਿੰਦੇ ਅੱਗੇ, ਠੀਕ ਆ ਬਾਈ। ਜੇ ਗੇਟ ਬਣਿਆ ਤਾਂ ਗੇਟ ਪੇਜ ਟੱਪ ਜਾਵਾਂਗੇ। ਆ ਆ ਇੱਥੇ ਰੱਖ ਸੀਗੇ ਕਮਰੇ 'ਚ। ਹੁਣ ਆਪਾਂ ਗਿਊ ਨੂੰ ਜਾਂਦੇ ਸੜਕ 'ਤੇ ਖੜ੍ਹੇ ਹਾਂ, ਉਹ ਗੇਟ ਬਣਿਆ ਹੋਇਆ, ਉੱਧਰ ਮੁੜਾਂਗੇ। ਗਿਊ ਦੇ ਵਿੱਚ ਬੋਧੀ ਭਿਕਸ਼ੂ ਦੀ ਇੱਕ ਆ ਮੰਮੀ ਪਈ ਹੋਈ ਆ, ਗਿਊ ਟੈਂਪਲ, ਵੈਲ ਪ੍ਰਜ਼ਰਵਡ 500 ਈਅਰ ਓਲਡ ਮੰਮੀ, ਠੀਕ ਆ ਮੰਮੀ ਬੋਧੀ ਭਿਕਸ਼ੂ, ਮਤਲਬ ਸਮਾਧੀ 'ਚ ਬੈਠੇ ਹੋਏ ਆ ਬਾਬੇ ਹੁਣੀ। ਪਿੰਡ ਕਰਾਈ ਵਾਲੇ ਦਾ ਨੌਜਵਾਨ ਪਾਣੀ ਪੀਂਦਾ ਹੋਇਆ, ਇਹਨੂੰ 20 ਵਾਰੀ ਆਖਿਆ ਵੀ ਤੇਰੇ ਗੋਡੇ ਦੁਖਣਗੇ, ਪਾਣੀ ਬਹਿ ਕੇ ਪੀਆ ਕਰ, ਨਹੀਂ ਆਖੇ ਲੱਗਦਾ ਇਹ ਕਿਆ ਟਾਇਰ ਮੂਹਰੋਂ ਚੱਕਦੀ ਆ ਰੱਬ ਵੱਲ, ਸਹੀ ਆ। ਗਿਊ ਰਹਿ ਗਿਆ ਇੱਥੋਂ 7 ਕਿਲੋਮੀਟਰ ਬਾਟਰ, ਇੱਕੋ ਟੇਕ ਦੇ ਵਿੱਚ ਸੋਹਣਾ ਸਫ਼ਰ ਨਿਬੜ ਗਿਆ ਆਪਣਾ। ਇੱਧਰਲੇ ਪਾਸੋਂ ਜਿਹੜਾ ਗਿਊ ਵੱਲੋਂ ਨਾਲਾ ਆਉਂਦਾ, ਇਹ ਜਮਾਂ ਟੋਭੇ ਦੀ ਕਾਰ ਵਰਗਾ ਕੰਮ ਆ ਇਹਦਾ, ਐਨ ਕਾਲਾ ਡੰਜ ਆ ਇਹ ਜਾ ਕੇ ਉਹਦੇ 'ਚ ਸਪੀਤੀ 'ਚ ਰਲ ਜਾਂਦਾ। ਸਪੀਤੀ ਨੂੰ ਇਹ ਮੇਲਾ ਕਰਦੇ ਆ ਸਪੀਤੀ, ਹਾਂ 22 ਈਅਰਸ ਓਲਡ। ਚੱਲ ਚੱਲੀਏ ਤੇ ਫਿਰ। ਬੁੱਧ ਧਰਮ ਦਾ ਜਨਮ ਇੰਡੀਆ ਦੇ ਵਿੱਚ ਹੋਇਆ, ਬੋਧ ਗਿਆ ਬਿਹਾਰ ਦੇ ਵਿੱਚ। ਪਰ ਬੁੱਧ ਧਰਮ ਦਾ ਜਿਹੜਾ ਬਹੁਤਾ ਪਸਾਰ ਆ, ਜੇ ਆਪਾਂ ਸਾਊਥ ਈਸਟ ਏਸ਼ੀਆ ਜਿਹੜੇ ਦੇਸ਼ ਉਹਨਾਂ ਦੀ ਗੱਲ ਕਰੀਏ, ਤਾਂ ਜਿਵੇਂ ਚੀਨ ਤੋਂ ਥੱਲੇ ਨਾਲ ਬਰਮਾ, ਲਾਓਸ, ਵੀਅਤਨਾਮ, ਥਾਈਲੈਂਡ, ਕੰਬੋਡੀਆ, ਮਲੇਸ਼ੀਆ, ਸਿੰਗਾਪੁਰ, ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਪਤਾ ਲੱਗਦਾ ਵੀ ਉੱਧਰ ਬੁੱਧ ਧਰਮ ਦਾ ਬਾਹਲਾ ਪਸਾਰ ਆ। ਜਿਹੜੀਆਂ ਮਨੈਸਟਰੀਆਂ ਆਪਾਂ ਨੂੰ ਆ ਤਿੱਬਤ ਨਾਲ ਇੰਡੀਆ ਦੇ ਵਿੱਚ ਮਿਲਦੀਆਂ, ਇਹੋ ਜਿਹੀਆਂ ਮਨੈਸਟਰੀਆਂ ਉੱਧਰ ਬਹੁਤ ਨੇ। ਅਤੇ ਜਿਹੜੀ ਆਪਾਂ ਮੰਮੀ ਦੇਖਣ ਚੱਲੇ ਹਾਂ, ਇਹ ਵੀ ਬੋਧੀ ਭਿਕਸ਼ੂ ਦੀ ਆ, ਬੁੱਧ ਧਰਮ ਨੂੰ ਮੰਨਣ ਵਾਲੇ ਮਹਾਤਮਾ ਦੀ। ਇਹਨਾਂ ਦੀ ਮਾਨਤਾ ਵੀ ਉਹ ਜਿਹੜਾ ਬੋਧੀ ਭਿਕਸ਼ੂ ਆ ਹਜੇ ਵੀ ਜਿਉਂਦਾ, ਉਹ ਕਹਿੰਦੇ ਵੀ 9 ਵੀ ਵੱਧਦੇ ਆ, ਇਹੋ ਜਿਹੀ ਗੱਲ ਸੁਣਨ ਦੇ ਵਿੱਚ ਆਈ ਆ। ਬਹੁਤੇ ਵੇਰਵੇ ਆਪਾਂ ਨੂੰ ਜਾ ਕੇ ਪਤਾ ਲੱਗਣਗੇ।
ਪੈਂਡੇ ਦੂਰ ਪਿਛੌਰਾਂ ਦੇ ਓਏ ਪੈਂਡੇ ਦੂਰ ਪਿਛੌਰਾਂ ਦੇ ਹੋ ਵਾਗੇ ਦੇ ਬਾਡਰ ਤੇ ਹੀਰਾ ਉਜਾੜ ਇਲਾਕੇ ਦੇ ਵਿੱਚ ਵਾਹ ਵਾਹ ਟਾਈਮ ਬਾਅਦ ਆਪਾਂ ਨੂੰ ਹਰਿਆਲੀ ਦਿਸੀ ਹੈ ਸਾਹਮਣੇ ਚੜ੍ਹਾਈਆਂ ਚੜ੍ਹੀ ਜਾਂਦੇ ਹਾਂ ਕਿਤੇ ਕਿਤੇ ਲੱਗਦਾ ਹੁੰਦਾ ਵੀ ਉਤਰਾਈ ਆ ਪਰ ਅਸਲ ਦੇ ਵਿੱਚ ਹੁੰਦੀ ਚੜ੍ਹਾਈ ਆ ਉਹ ਵੀ ਕਿਉਂਕਿ ਜ਼ੋਰ ਲੱਗਦਾ ਪਤਾ ਲੱਗਦਾ ਜਦੋਂ ਪਤਾ ਹੋਵੇ ਨਾ ਵੀ ਅਗਲੇ ਦਿਨ ਚੜ੍ਹਾਈ ਚੜ੍ਹਨੀ ਆ ਤਾਂ ਮਾਨਸਿਕ ਤੌਰ 'ਤੇ ਬੰਦਾ ਤਿਆਰ ਜੇ ਹੁੰਦਾ ਫਿਰ ਨਜ਼ਾਰਾ ਆਉਂਦਾ ਚੜ੍ਹਨ ਦਾ ਕਿਉਂਕਿ ਸਰੀਰ ਨਾਲੋਂ ਪਹਿਲਾਂ ਮਨ ਤਿਆਰ ਹੋਣਾ ਬੜਾ ਜ਼ਰੂਰੀ ਆ ਨਾਲੋਂ ਨਾਲ ਨਾਲਾ ਵਗੀ ਜਾਂਦਾ ਗਿਓ ਇੱਥੋਂ 4 ਕਿਲੋਮੀਟਰ ਬਾਕੀ ਰਹਿ ਗਿਆ ਇਹ ਇਲਾਕੇ ਦੇ ਵਿੱਚ ਸੇਬਾਂ ਦੀ ਖੇਤੀ ਨਵੀਂ ਨਵੀਂ ਹੋਣ ਲੱਗੀ ਆ ਉਹ ਸਾਹਮਣੇ ਦੇਖਦੇ ਹਾਂ ਆਪਾਂ ਵੀ ਸੇਬਾਂ ਦੇ ਬਾਗ ਆ ਪਰ ਸੇਬ ਨਿੱਕੇ ਨਿੱਕੇ ਆ ਉਹ ਬੂਟੇ ਹਜੇ ਲਵੀ ਜੀ ਉਮਰ ਦੇ ਆ ਪਹਾੜ ਇੱਧਰਲੇ ਪਾਸੇ 'ਤੇ ਆਪਾਂ ਚੜ੍ਹੀ ਜਾਂਦੇ ਚੜ੍ਹਾਈਆਂ ਚੜ੍ਹਾਈਆਂ ਚੜ੍ਹ ਕੇ ਆਪਾਂ ਬਸ ਹੁਣੇ ਪਹੁੰਚ ਜਾਂਗੇ ਅਸੀਂ ਮਿੱਥੇ ਸਮੇਂ ਤੋਂ ਪਹਿਲਾਂ ਹਿੰਮਤ ਨਾਲ ਜੋ ਪਹੁੰਚ ਰਹੇ ਹਾਂ ਖੁਸ਼ੀ ਹੈ ਨਾ ਬਾਈ ਜੀ ਪ੍ਰਾਊਡ ਫੀਲ ਕਰੀ ਜਾਂਦੇ ਹਾਂ ਐਕਚੁਅਲੀ ਇੱਦਾਂ ਇਹ ਹੁੰਦਾ ਨਾ ਇੱਦਾਂ ਕਰਨ ਦੇ ਨਾਲ ਸੈਲਫ ਕੌਨਫੀਡੈਂਸ ਇਨਕਰੀਜ਼ ਹੁੰਦਾ ਬਿਲਟ ਹੁੰਦਾ ਹਾਂ ਤਾਂ ਜਿਹੜਾ ਸੈਲਫ ਕੌਨਫੀਡੈਂਸ ਆ ਉਹ ਤੁਹਾਨੂੰ ਬਹੁਤ ਥਾਵਾਂ 'ਤੇ ਕੰਮ ਦਿੰਦਾ ਓਕੇ ਜਿੱਥੇ ਬੰਦਾ ਜਮਾਂ ਟਾਈਮ ਦਿਗਲਾ ਜੀ ਜਾਵੇ ਨਾ ਫਿਰ ਉੱਥੇ ਸੈਲਫ ਕੌਨਫੀਡੈਂਸ ਅਤੇ ਸੈਲਫ ਹੀ ਮਰਵਾ ਦਿੰਦੀ ਸੀ ਕਾਫੀ ਜ਼ਿਆਦਾ ਬਰੀਕ ਲਓ ਘਰੇ ਮੈਨੂੰ ਅਸੀਂ ਰੋਟੀ ਘੱਟ ਹੀ ਖਾਂਦੇ ਹਾਂ ਐਪਲੀ ਖਾਂਦੇ ਹਾਂ ਸਾਡੇ ਵੀ ਫੈਮਿਲੀ ਵੀ ਸ਼ੁਰੂ ਤੋਂ ਰੋਟੀ ਤੁਹਾਡੇ ਤੇ ਨਹੀਂ ਖਾਂਦੇ ਘਰੇ ਬਦਾਮਾਂ ਦੇ ਆਟੇ ਦੀ ਕੀ ਬਾਤ ਸ਼ੁਰੂ ਤੋਂ ਮੀਰੀ ਚ ਰਹੇ ਹੋ ਨਾ ਤੁਸੀਂ ਜਿਹੜੇ ਵੀਰਾਂ ਕੋਲ ਆਪਾਂ ਰਹੇ ਸੀਗੇ ਉਹਨਾਂ ਬਾਈਆਂ ਨੇ ਨਾਲ ਰਾਹ ਵਾਸਤੇ ਆਹ ਬੰਨ ਕੇ ਦਿੱਤਾ ਸਮਾਨਾ ਸੀ ਕਿਉਂਕਿ ਇੱਧਰ ਰਾਹ ਦੇ ਵਿੱਚ ਨਾ ਕਿਤੇ ਪਾਣੀ ਮਿਲਦਾ ਅਤੇ ਨਾ ਕਿਤੇ ਖਾਣ ਨੂੰ ਪਾਣੀ ਦੀਆਂ 5-6 ਬੋਤਲਾਂ ਨਾਲ ਭਰ ਲਈਆਂ ਸੀ ਹੈਂ ਇਸ ਇਲਾਕੇ ਦੇ ਨਿਆਣੇ ਵਾਹਵਾ ਸੰਘਾਊ ਆ ਗੁੱਡੀ ਨੂੰ ਉਹਦਾ ਨਾਂ ਪੁੱਛਿਆ ਬੋਲੀ ਨਹੀਂ ਸੇਬ ਖਾਣਾ ਬਹੁਤ ਐਪਲ ਖਾਣਾ ਆ ਜਾਓ ਆਹ ਜਿਹੜਾ ਆਪਾਂ ਨੂੰ ਪਹਾੜ ਦਿਸੀ ਜਾਂਦਾ ਸਾਹਮਣੇ ਸੋਹਣਾ ਹੈ ਖੈਰ ਇਹਦੇ ਪਰਲੇ ਪਾਸੇ ਆ ਪਿੰਡ ਗਿਊ ਅਤੇ ਗਿਊ ਆਪਾਂ ਪਹੁੰਚੇ ਇੰਨੇ ਛੇਤੀ ਆਹ ਸਾਰੇ ਪਹਾੜ ਐਂ ਆ ਜਿਵੇਂ ਥੱਲੇ ਨੂੰ ਰੇਤਾ ਜਿਹਾ ਵਗ ਜਾਂਦਾ ਇਹਨਾਂ ਦਾ ਐਂ ਵਗੇ ਹੋਏ ਆ ਸਾਰੀ ਇਹ ਆਹ ਪਹਾੜ ਨੂੰ ਆਪਾਂ ਨੇੜੋਂ ਦੇਖੀਏ ਆਹ ਕਾਤਰਾਂ ਦੀਆਂ ਬਸੀਆਂ ਆਹ ਪੱਤਰੀਆਂ ਨਿਕਲ ਜਾਂਦੀਆਂ ਵਿੱਚੋਂ ਚੈੱਕ ਹਾਲ ਫਾਕੜਾਂ ਦੀਆਂ ਦੇਵ ਉਵੇਂ ਨਿਕਲ ਜਾਂਦੀਆਂ ਹੱਥ 'ਚ ਆਈ ਜਾਂਦੀਆਂ ਉੱਤੋਂ ਜਾ ਪਏ ਸਾਹਮਣੇ ਜਿੱਥੇ ਹਰਿਆਲੀ ਆ ਉੱਥੇ ਗਿਓ ਪਿੰਡ ਹੈ ਚੱਲੀਏ ਭਾਅ ਜੀ ਜਦੋਂ ਆਪਾਂ ਲੱਦਾਖ 'ਚ ਹੁੰਦੇ ਹਾਂ ਤਾਂ ਗੁਰਦੁਆਰਾ ਪੱਥਰ ਸਾਹਿਬ ਦੇ ਕੋਲ ਲੇਹ ਨੂੰ ਜਾਂਦੇ ਰਾਹ 'ਤੇ ਇੱਕ ਮੈਗਨੈਟਿਕ ਹਿੱਲ ਬਣੀ ਹੋਈ ਆ ਉਹ ਮਾਰਕ ਕੀਤੀ ਹੋਈ ਹੈ ਤਾਂ ਕਰਕੇ ਪਤਾ ਲੱਗ ਜਾਂਦਾ ਜਿਹੜੇ ਆਹ 5-6 ਕਿਲੋਮੀਟਰ ਪਿਛਲੇ ਸੀ ਆਪਾਂ ਗਿਊ ਪਿੰਡ ਦੇ ਨੇੜੇ ਖੜ੍ਹੇ ਹਾਂ ਇਹ ਜਮ੍ਹਾਂ ਮੈਗਨੈਟਿਕ ਹਿੱਲ ਵਾਲੀ ਗੱਲਬਾਤ ਸੀ ਲੱਗਦਾ ਸੀ ਵੀ ਥਾਂ ਅੱਗੋਂ ਪੱਧਰ ਆ ਜਾਂ ਨਿਮਾਣ ਹੈ ਪਰ ਅਸਲ ਦੇ ਵਿੱਚ ਉਹ ਚੜ੍ਹਾਈ ਹੁੰਦੀ ਸੀ ਬਹੁਤ ਜ਼ੋਰ ਲਵਾਇਆ ਡਾਟ ਪਵਾਇਆ ਪੂਰਾ ਹੁਣ ਆਪਾਂ ਲਗਭਗ ਗਿਊ ਪਹੁੰਚ ਗਏ ਜਬ ਫੋਨ ਕਰਨਾ ਹੋਤਾ ਹੈ ਤੋ ਨੀਚੇ ਜਾਤੇ ਹੋ ਮੇਨ ਰੋਡ ਪੇ ਅੱਛਾ ਇਹ ਬਤਾਓ ਇਹ ਗਾਓ ਕੀ ਆਬਾਦੀ ਕਿਤਨੀ ਹੈ ਦੋ ਢਾਈ ਸੌ ਤੋ ਲੋਕ ਕਾਮ ਕਿਆ ਕਰਤੇ ਹੈ ਕਾਮ ਕਰਤੇ ਹੈ ਖੇਤੀ ਕਰਤੇ ਹੈ ਮਟਰ ਲਗਾਤੇ ਹੈ ਕੋਈ ਜੋਬ ਕਰਤੇ ਹੈ ਫਿਰ ਪਸ਼ੂ ਪਾਲਤੇ ਹੈ ਅੱਛਾ ਤੋ ਯਹਾਂ ਪਰ ਜੋ ਮੰਮੀ ਪੜੀ ਹੋਈ ਹੈ ਵੋ ਕਿਤਨੇ ਸਾਲੋਂ ਸੇ ਪੜੀ ਹੋਈ ਯਹਾਂ ਪਰ ਇਹ ਲਗਭਗ ਆਪ ਤੋ 600 ਸਾਲ ਪੁਰਾਣੇ ਹੋ ਗਏ ਆਪ ਠੀਕ ਹੈ ਉਹ ਉੱਪਰ ਮਨੈਸਟਰੀ ਹੈ ਗਾਓ ਮੇ ਆਪਕਾ ਨਾਮ ਕਿਆ ਹੈ ਤੰਜਨ ਨਾਈਸ ਟੂ ਮੀਟ ਯੂ ਤੰਜਨ ਜੂਲੇ ਜੂਲੇ ਜੀ 11-12 ਕਿਲੋਮੀਟਰ ਦੀ ਕਰੜੀ ਚੜ੍ਹਾਈ ਤੋਂ ਬਾਅਦ ਆਪਾਂ ਗਿਊ ਪਹੁੰਚ ਗਏ
ਗਿਓ ਤੇ ਆਹ ਸਾਹਮਣੇ ਮਨੈਸਟਰੀ ਆ ਹੁਣ ਆਪਾਂ ਤਾਂ ਨੂੰ ਚੱਲਾਂਗੇ ਇਸ ਪਿੰਡ ਦੇ ਵਿੱਚ ਆਹ ਬਣਿਆ ਹੋਇਆ ਰਾਜਕੀ ਪ੍ਰਾਥਮਿਕ ਪਾਠਸ਼ਾਲਾ ਸਕੂਲ ਬਣਿਆ ਹੋਇਆ ਜ਼ਿਲ੍ਹਾ ਲਾਹੌਰ ਸਪੀਤੀ ਇੱਧਰ ਮਾਨੇ ਅਤੇ ਇੱਧਰ ਬਣਿਆ ਹੋਇਆ ਪਸ਼ੂ ਪਾਲਣ ਵਿਭਾਗ ਹਿਮਾਚਲ ਪ੍ਰਦੇਸ਼ ਪਸ਼ੂ ਔਸ਼ਥਾਲਿਆ ਪਸ਼ੂਆਂ ਦਾ ਹਸਪਤਾਲ ਬੰਦ ਪਿਆ ਅਤੇ ਇੱਕ ਡਾਕਖਾਨਾ ਵੀ ਸੀ ਮੰਨ ਲਓ ਸਾਰੀਆਂ ਗੱਲਾਂ ਬਾਤਾਂ ਇੱਥੇ ਹੈਗੀਆਂ ਚੱਲ ਟੱਪ ਉੱਧਰ ਦੀ ਬਲ ਪਾ ਕੇ ਆਉਣ ਨਾਲੋਂ ਚੰਗਾ ਦੇਬਿਆ ਨਾਲਾ ਨੂਲਾ ਹੋਇਆ ਟੱਪ ਜਾਂਗੇ ਛਾਲ ਮਾਰ ਕੇ ਸਾਹਮਣੇ ਮਨੈਸਟਰੀ ਆ ਜੰਗਲੋ ਜੰਗਲੀ ਹੋ ਗਿਆ ਕੰਮ ਜਮੀ ਹੋਊਗਾ ਨਾਗਾ ਕਹਾਂ ਦਰਖਤ ਚ ਦੇਬੇ ਵਾਹਵਾ ਲਾਈ ਬੈਠੇ ਹੈ ਆਪਾਂ ਦੋਹੀ ਆ ਦੱਸੀ ਨਾ ਕਿਸੇ ਨੂੰ ਫਿਰ ਤਾਂ ਪੜਦਾ ਰਹਿ ਜੂ ਗੱਲ ਦਾ ਦੇਖੀ 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 ਬਚ ਕੇ ਚੱਲ ਇਹਨਾਂ ਸੁੱਕੇ ਖੁਸ਼ਕ ਪਹਾੜਾਂ ਦੇ ਵਿੱਚ ਪਿੰਡ ਗਿਊ ਦੀ ਮਨੈਸਟਰੀ ਆਪਣੇ ਬਿਲਕੁਲ ਸਾਹਮਣੇ ਆ ਬਹੁਤ ਬਾਠ ਜੀ ਵਾਹਵਾ ਪੈ ਗਈ ਆਪਾਂ ਨੂੰ ਇਹ ਕਰੜਾ ਸੀ ਕੰਮ ਦੀ ਚੜ੍ਹਾਈ ਦਾ ਪਹੁੰਚ ਗਏ ਹੁਣ ਆਪਾਂ ਅੰਦਰੋਂ ਦੇਖਦੇ ਹਾਂ ਮੰਮੀ ਇਹ ਮਨੈਸਟਰੀ ਦੇ ਅੰਦਰ ਕੰਮ ਚੱਲੀ ਜਾਂਦਾ ਮਹਾਤਮਾ ਬੁੱਧ ਜੀ ਹੋਣਾਂ ਦੀ ਮੂਰਤੀ ਬਣੀ ਹੋਈ ਹੈ ਅਤੇ ਹਜੇ ਸੀਮਿੰਟ ਗਿੱਲਾ ਬਾਈ ਹੋਣੀ ਤਰਾਈ ਕਰੀ ਜਾਂਦੇ ਆ ਆਹ ਫੁੱਲ ਬੂਟੇ ਜਿਹੜੇ ਨਾਲ ਲਾਉਣੇ ਆ ਆਹ ਕਮਰੇ ਦੇ ਵਿੱਚ ਇੱਧਰ ਮੰਮੀ ਆ ਚੱਲੀ ਦੇਵੇ ਬਾਈ ਬੋਧੀ ਭਿਕਸ਼ੂ ਇਹਨਾਂ ਦੇ ਮੁਤਾਬਕ 600 ਸਾਲ ਪੁਰਾਣੀ ਮੰਮੀ ਆ ਬੋਧੀ ਭਿਕਸ਼ੂ ਸਮਾਧੀ 'ਚ ਬੈਠਾ ਹੋਇਆ ਉਸੇ ਤਰ੍ਹਾਂ ਇਹਨਾਂ ਨੇ ਸਾਂਭ ਕੇ ਇੱਥੇ ਕੱਚ ਦੇ ਸ਼ੀਸ਼ੇ ਵਿੱਚ ਇੱਥੇ ਜੜਿਆ ਹੋਇਆ ਬਾਹਰ ਚੜ੍ਹਦੇ ਆਪਾਂ ਆਹ ਜਿਹੜਾ ਕਮਰਾ ਅੱਡ ਬਣਿਆ ਹੋਇਆ ਜਿੱਥੇ ਮੰਮੀ ਰੱਖੀ ਹੋਈ ਹੈ ਇਹਨਾਂ ਨੇ 1975 ਦੇ ਵਿੱਚ ਸਪੀਤੀ ਦੇ ਵਿੱਚ ਇੱਕ ਵੱਡਾ ਭੂਚਾਲ ਆਇਆ ਸੀਗਾ ਉਦੋਂ ਬਿਸਕਿਟਸ ਥੈਂਕ ਯੂ ਆਹ ਵੀਰ ਹੁਣੀ ਆਏ ਆ ਐਮ ਪੀ ਤੋਂ ਭੋਪਾਲ ਤੋਂ ਬਿਸਕੁਟ ਦਿੱਤੇ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ ਥੈਂਕ ਯੂ 1975 ਦੇ ਵਿੱਚ ਜਦੋਂ ਇੱਥੇ ਬਹੁਤ ਵੱਡਾ ਭੂਚਾਲ ਆਇਆ ਤਾਂ ਬਹੁਤ ਕੁਛ ਟੁੱਟ ਗਿਆ ਸੀਗਾ ਉਹ ਟੁੱਟਣ ਦੇ ਨਾਲ ਕੀ ਹੋਇਆ ਜਿਹੜਾ ਇੱਕ ਮੱਠ ਬਣਿਆ ਹੋਇਆ ਸੀ ਉਹਦੇ ਵਿੱਚ ਇਹਨਾਂ ਦੀ ਸਮਾਧੀ ਲੱਗੀ ਹੋਈ ਸੀ ਬੋਧੀ ਭਿਕਸ਼ੂ ਹੋਣਾਂ ਦੀ ਅਤੇ ਬਾਅਦ ਦੇ ਵਿੱਚ ਇਹਦੀ ਜਦੋਂ ਰਿਸਰਚ ਕੀਤੀ ਅਮਰੀਕਾ ਤੋਂ ਕੁਛ ਆਏ ਜਦੋਂ ਖੋਜ ਹੋਈ ਤਾਂ ਪਤਾ ਲੱਗਿਆ ਵੀ ਇਹ ਬਿਨਾਂ ਕਿਸੇ ਰਸਾਇਣ ਤੋਂ ਇਹ ਬੋਡੀ ਉਵੇਂ ਤਰ੍ਹਾਂ ਉਸੇ ਤਰ੍ਹਾਂ ਸੰਭਾਲੀ ਹੋਈ ਆ ਬੈਠੇ ਆ ਮਤਲਬ ਕਿ ਅਤੇ ਇਹੋ ਜਿਹੀ ਗੱਲਬਾਤ ਆ ਬਾਕੀ ਜਿਹੜਾ ਦੇਵਾ ਉੱਤਰ ਆਪਾਂ ਉੱਧਰ ਨੂੰ ਚੱਲਦੇ ਹਾਂ ਮਿਸਰ ਦੇ ਵਿੱਚ ਬਹੁਤ ਸਾਰੇ ਪਿਰਾਮਿਡ ਆ ਮਿਸਰ ਦੇ ਵਿੱਚ ਇਹ ਪਰੰਪਰਾ ਹੈਗੀ ਹੈ ਵੀ ਉੱਥੇ ਰਸਾਇਣ ਲਾ ਕੇ ਕੋਈ ਨਾ ਕੋਈ ਕੈਮੀਕਲ ਲਾ ਕੇ ਸਰੀਰਾਂ ਨੂੰ ਸਾਂਭਿਆ ਜਾਂਦਾ ਪਰ ਇਹ ਮਾਮਲਾ ਸਾਰੇ ਕਾਸੇ ਨਾਲੋਂ ਵੱਖਰਾ ਇੱਥੇ ਬਿਨਾਂ ਕਿਸੇ ਰਸਾਇਣ ਤੋਂ ਇਹਨਾਂ ਨੇ ਮੰਮੀ ਰੱਖੀ ਹੋਈ ਆ ਅਤੇ ਇਹੋ ਜਿਹੀ ਗੱਲਬਾਤ ਆ ਸਿਆਣੇ ਕਹਿੰਦੇ ਆ ਵੀ ਦਾਣੇ ਦਾਣੇ 'ਤੇ ਖਾਣ ਵਾਲੇ ਦੀ ਮੋਹਰ ਹੁੰਦੀ ਆ ਆਹ ਬਿਸਕੁਟ ਆਪਣੇ ਇੱਕ ਭਾਗਾਂ 'ਚ ਸੀਗੇ ਅੱਜ ਵੇ ਲਾ ਯਾਰ ਦੇਵ ਕਿੱਥੋਂ ਐਮ ਪੀ ਤੋਂ ਬੰਦੇ ਆਏ ਭੋਪਾਲ ਦੇ ਬੰਦੇ ਕਿੱਥੇ ਆਪਾਂ ਨੂੰ ਟੱਕਰੇ ਪੜਾਈ ਉਰੇ ਡੱਬਾ ਗਰੀਬ ਟੂਰਿਸਟਾਂ ਨੂੰ ਟੱਕਰੇ ਅਤੇ ਕਿੱਥੇ ਉਹਨਾਂ ਨੇ ਸੋਚਿਆ ਵੀ ਚੱਲ ਯਾਰ ਬਿਸਕੁਟ ਦੇਈਏ ਇਹਨਾਂ ਨੂੰ ਉਹਨੇ ਲਾਲਿਆ ਸਾਬੀਏ ਨਾ ਤਾਂ ਬਾਬੂ ਇਹਦੇ ਫਿਰਦੇ ਆ ਕਿੱਥੋਂ ਦੇ ਬਣੇ ਆ ਹੇ ਬਣੇ ਪਤਾ ਨਹੀਂ ਕਿੱਥੋਂ ਦੇ ਮਸ਼ਹੂਰ ਜੇ ਬਾਬਾ ਸਵਾਦ ਬਾਬਾ ਦੇਬੇ ਹੈਦਰਾਬਾਦ ਫੇਮਸ ਵਰਲਡ ਓਵਰ ਹੈਦਰਾਬਾਦ ਦੇ ਆ ਹੈਦਰਾਬਾਦ ਰਾਮ ਪਿਸਤਾ ਬਿਸਕਟ ਆ ਨਹੀਂ ਗਰੀਬੋ ਬਦਾਮਾਂ ਵਾਲੇ ਆ ਸਾਡੇ ਘਰੇ ਚੱਲਦੇ ਇਹ ਆ ਅਸੀਂ ਇਕੱਲੇ ਬਦਾਮ ਵਾਲੇ ਖਾਂਦੇ ਹਾਂ ਇਦੋਂ ਘੱਟ ਅਸੀਂ ਸਾਡੇ ਫਿਰ ਅਲਾਊ ਨਹੀਂ ਨਾ ਕਰਦੇ ਅਲਾਊ ਨਹੀਂ ਕਰਦੇ ਸਾਨੂੰ ਇਹ ਨਹੀਂ ਪਤਾ ਵੀ ਲਿਮਟਾਂ ਕਰਜ਼ੇ ਕਿਸ਼ਤਾਂ ਕੀ ਹੁੰਦਾ ਕਿਸ਼ਤ ਕੱਟੀ ਗਈ ਆਹ ਨਿੱਕਾ ਜਿਹਾ ਇੱਥੇ ਇੱਕ ਢਾਬਾ ਬਣਿਆ ਹੋਇਆ ਆਪਣੇ ਦੇ ਮੰਮੀ ਦੇ ਨੇੜੇ ਇੱਥੇ ਖਾਣ ਪੀਣ ਨੂੰ ਸਮਾਨ ਮਿਲ ਜਾਂਦਾ ਚਾਹ ਚੂਹ ਪੀਤੀ ਜਾਂਦੀ ਹੈ ਨਾਲ ਆ ਕਿਹਨਾਂ ਨੇ ਬਣਾਇਆ ਹੋਇਆ ਹੈਲੀਪੈਡ ਬਣਾਇਆ ਸੀ ਮੁੰਡਾ ਦੱਸਦਾ ਦਲਾਈ ਨਾਮਾ ਨੂੰ ਉੱਥੇ ਉਤਾਰਨਾ ਸੀ ਪਰ ਪਹਾੜਾਂ ਦੇ ਇੱਥੇ ਬਜਰੀ ਬਹੁਤ ਆ ਰੇਤਾ ਬਹੁਤ ਆ ਅਤੇ ਹੈਲੀਕਾਪਟਰ ਉਤਰਨ 'ਚ ਨਹੀਂ ਉਤਰਿਆ ਕਿਉਂਕਿ ਰੇਤਾ ਰਾਵਾ ਉੱਡਦਾ ਹੀ ਬਾਹਲਾ ਤੈਨੂੰ ਪਤਾ ਹੁਣ ਆਪਾਂ ਵਾਪਸ ਚੱਲਦੇ ਹਾਂ ਥੱਲੇ ਨੂੰ
ਉੱਥੇ ਸਾਈਕਲਾਂ ਕੋਲੇ ਫਿਰ ਆਪਾਂ ਜਾਵਾਂਗੇ ਸੜਕ ਸੜਕ ਥੱਲੇ ਨਾਲ ਇਹਦੇ ਨੇ ਸੜਕੇ ਸੜਕ ਹੋ ਚੱਲਦੇ ਆ ਹਰਲਿੰਗ ਹੁਰਲਿੰਗ ਤੇ ਹੁਰਲਿੰਗ ਤੋਂ ਫਿਰ ਆਪਾਂ ਚੱਲਾਂਗੇ ਤਾਬੂ ਬਰਫਾਂ ਲੱਦੇ ਪਹਾੜ ਆਪਾਂ ਨੂੰ ਇੱਥੋਂ ਦਿਸਣੇ ਸ਼ੁਰੂ ਹੋਏ ਆ ਵੈਸੇ ਇੱਥੇ ਬਰਫ਼ ਪੈਣ ਦੀ ਰੁੱਤ ਅਜੇ 2 ਮਹੀਨੇ ਨੂੰ ਆਉਣੀ ਆ ਪਰ ਕੁਝ ਜਿਹੜੇ ਉੱਚੇ ਪਹਾੜ ਉਹਨਾਂ 'ਤੇ ਹੈਗੀ ਆ ਆਪਣੇ ਸਾਹਮਣੇ ਆ ਗਿਊ ਪਿੰਡ ਦਾ ਨਜ਼ਾਰਾ ਹੈ ਇੱਥੋਂ ਦੇ ਲੋਕਾਂ ਦਾ ਰਹਿਣ ਬਹਿਣ ਘਰ ਬਾਰ ਇਹੋ ਜਿਹੇ ਆ ਪੱਥਰਾਂ ਦੇ ਖੱਲ ਜੀ ਆ ਹਨਾ ਜਿਵੇਂ ਕੋਈ ਯਾਕ ਯੂਕ ਦੀ ਹੋਣੀ ਆ ਯਾਕ ਦੀ ਆ ਹੈ ਨਹੀਂ ਕੋਈ ਉਹ ਜਿਵੇਂ ਪਸ਼ੂਆਂ ਦਾ ਸਿਆਲਾਂ ਵਾਸਤੇ ਨੀਰਾ ਚਾਰਾ ਇਹ ਇਕੱਠਾ ਕਰਕੇ ਇੱਥੇ ਰੱਖੀ ਬੈਠੇ ਆ ਅਤੇ ਜੇ ਗਿਊ ਦੇ ਵਿੱਚ 2 ਹੋਮ ਸਟੇ ਵੀ ਹੈਗੇ ਆ ਜੇ ਕਿਸੇ ਨੇ ਰੁਕਣਾ ਹੋਵੇ ਤਾਂ ਅਤੇ ਨੈੱਟਵਰਕ ਇੱਥੇ ਕਿਸੇ ਕੰਪਨੀ ਦਾ ਕੋਈ ਵੀ ਆ ਘਰ ਆ ਇੱਥੇ ਅਤੇ ਆ ਟੂਟੀ ਚੱਲੀ ਜਾਂਦੀ ਹੈ ਪਿੰਡ ਦੇ ਸਕੂਲ ਦੇ ਗੇਟ 'ਤੇ ਆ ਹੈਰਾਨ ਕਰਨ ਵਾਲੀ ਗੱਲਬਾਤ ਆ ਵੀ ਨਲਕਾ ਖੜ੍ਹਾ ਹੈ ਕੋਈ ਨਹੀਂ ਇਹਨੂੰ ਗੇਟ ਦਾ ਹੱਥੀ ਹੋਵੇ ਅਤੇ ਪਾਣੀ ਡੁੱਲੀ ਜਾਂਦਾ ਇਹਦਾ ਲੈਵਲ ਆ ਯਾਰ ਇਹਦੀ ਗੱਲਬਾਤ ਵੀ ਇਹ ਥੱਲਿਓਂ ਧਰਤੀ ਦੇ ਪਾਣੀ ਦੀ ਕੋਈ ਦਾਬ ਦੂਬ ਪੈਂਦੀ ਹੈ ਤਾਂ ਨੂੰ ਦਰਲ ਦਰਲ ਡਿੱਗੀ ਜਾਂਦਾ ਵੀ ਕੇ ਦੇਖੀਏ ਘੁੱਟ ਕਿਵੇਂ ਦਾ ਪਾਣੀ ਆ ਦਾ ਪਾਣੀ ਸਵਾਦ ਆ ਦੇਵ ਆਹ ਵੇਖ 12 54 ਦੇਵ 12 54 ਹੋਇਆ ਤੇਰੇ ਕੋਲ ਕਿੰਨਾ ਹੋਇਆ 3.5 ਇਹ ਬਾਈ ਹੁਣੀ ਕਹਿੰਦੇ ਜਿਹੜੇ ਵੀ ਟੂਰਿਸਟ ਆਉਂਦੇ ਆ ਉਹਨਾਂ ਦੇ ਮੋਬਾਈਲਾਂ ਦੇ ਟਾਈਮ ਇੱਥੇ ਆ ਕੇ 3 ਘੰਟਾ ਗਾਂਹ ਹੋ ਜਾਂਦੇ ਆ ਅਤੇ ਵੱਡੀ ਸਮੱਸਿਆ ਬਾਈ ਕਹਿੰਦਾ ਪਿੰਡ ਦੇ ਵਿੱਚ ਨੈੱਟਵਰਕ ਹੈ ਨਹੀਂ ਇਹਨਾਂ ਨੇ ਪਿਛਲੀਆਂ ਇਲੈਕਸ਼ਨ ਦੇ ਵਿੱਚ ਵਾਕਆਊਟ ਵੀ ਕੀਤਾ ਸੀ ਪਰ ਸਰਕਾਰ 'ਤੇ ਕੋਈ ਅਸਰ ਨਹੀਂ ਹੋਇਆ ਚਲੋ ਹਮ ਆਪ ਕੀ ਜੇ ਡਾਲੇਂਗੇ ਬਤਾਏਂਗੇ ਹਾਂ ਠੀਕ ਹੈ ਅੱਛਾ ਆਪਕਾ ਗਾਓ ਓਕੇ ਪਿੰਡ ਗਿਓ ਤੋਂ ਆਪਾਂ ਵਾਪਸ ਮੁੜ ਪਏ ਸਮਦੋ ਵੱਲ ਨੂੰ ਸਮਦੋ ਤੋਂ ਆਪਾਂ ਅੱਗੇ ਚੱਲਾਂਗੇ ਇਹ ਪਿੰਡ ਦੇ ਵਿੱਚ ਮੰਮੀ ਪਈ ਆ ਜਿਹੜੀ ਆਪਾਂ ਦੇਖੀ ਆ ਗੱਲਬਾਤ ਇਹ ਨਿਕਲਦੀ ਆ ਵੀ ਜੇ ਉਹ ਮੰਮੀ ਆ ਜਿਹਨੇ ਸਾਰੇ ਪਿੰਡ ਨੂੰ ਰੋਟੀ ਪਾਤਾ ਪਾਸੇ ਪਈ ਆ ਜਗ੍ਹਾ ਜਮਾਂ ਪਾਸੇ ਆ ਇਹ ਸੜਕ ਤੋਂ ਇਹ ਪਿੰਡ ਮੰਮੀ ਹੈਗੀ ਆ ਤਾਂ ਕਰਕੇ ਲੋਕ ਇੱਧਰ ਆਉਂਦੇ ਨਹੀਂ ਕੋਈ ਨਾ ਆਵੇ ਅਤੇ ਠੀਕ ਆ ਚੱਲ ਗੱਲਬਾਤ ਵਧੀਆ ਦੇਖਣ ਯੋਗ ਆ ਕਦੇ ਮੌਕਾ ਮਿਲੇ ਤਾਂ ਇੱਧਰ ਆਵੇ ਬੰਦਾ ਤਾਂ ਦੇਖ ਸਕਦਾ ਠੀਕ ਆ ਬਾਈ ਹੁਣ ਆਪਾਂ ਚੱਲੇ ਥੱਲੇ ਚੱਲਣਾ ਆਹ ਰਾਹ 'ਤੇ ਹੁਣ 12-13 ਕਿਲੋਮੀਟਰ ਆਪਾਂ ਉੱਤਰ ਕੇ ਜਾਣਾ ਉਹ ਸਾਹਮਣੇ ਜਾਂਦਾ ਬਲਦੇਵ ਹੁਣ ਆਪਾਂ ਕੈਂਚੇ ਉਤਰੀ ਜਾਂਦੇ ਹਾਂ ਅਤੇ ਉਹ ਪਹਾੜ ਦੇ ਨਾਲ ਨਾਲ ਆਪਾਂ ਉੱਤਰ ਨੂੰ ਜਾਣਾ ਅਤੇ ਹਰਲਿੰਗ ਇੱਥੋਂ ਹੁਰਲਿੰਗ 11 ਕਿਲੋਮੀਟਰ ਬਾਕੀ ਆ ਧੁੱਪ ਆ ਇੱਥੇ ਥੋੜ੍ਹੀ ਜਿਹੀ ਤੇਜ਼ ਆ ਤਾਂ ਕਰਕੇ ਆਹ ਜਾਕਟ ਪਾ ਲਈ ਇਹਦੇ ਨਾਲ ਤਪਚਾ ਭੱਜ ਜਾਂਦੀ ਹੈ ਲੱਤਾਂ ਵੀ ਕਾਲੀਆਂ ਹੋ ਗਈਆਂ ਸੀ ਹੁਣ ਲੋਅਰ ਲਾਰ ਪਾ ਲਿਆ ਸਵੇਰੇ ਆਪਾਂ ਇੱਧਰੋਂ ਆਏ ਸੀ ਸਮਡੋ ਵੱਲੋਂ ਠੀਕ ਆ ਫਿਰ ਉਹ ਗੇਟ ਵੜ ਕੇ ਆਪਾਂ 12-13 ਕਿਲੋਮੀਟਰ ਉਹ ਪਿੰਡ ਵਿੱਚ ਗਏ ਸੀ ਗਿਓ ਪਿੰਡ ਦੇ ਵਿੱਚ ਹੁਣ ਆਪਾਂ ਉੱਧਰੋਂ ਆ ਗਏ ਹੁਣ ਆਪਾਂ ਚੱਲੇ ਹਾਂ ਹੁਰਲਿੰਗ ਟਾਬੂ ਅਤੇ ਜਿਹੜਾ ਆਹ ਨਾਲੇ ਦਾ ਪਾਣੀ ਆ ਕਾਲਾ ਕਾਲਾ ਵਗਦਾ ਜਿਵੇਂ ਕਿਸੇ ਸ਼ਹਿਰ ਦੇ ਵਿੱਚੋਂ ਗੰਦਾ ਨਾਲਾ ਨਿਕਲਦਾ ਹੁੰਦਾ ਅਸਲ ਦੇ ਵਿੱਚ ਇਹ ਪਾਣੀ ਬਿਲਕੁਲ ਸਾਫ ਆ ਇਹਦੇ ਵਿੱਚ ਪਹਾੜਾਂ ਦਾ ਜਿਹੜਾ ਰੰਗ ਆ ਸਵਾਹ ਰੰਗਾ ਜਾ ਸਵਾਹ ਰੰਗੀ ਮਿੱਟੀ ਆ ਉਹ ਇਹਦੇ ਵਿੱਚ ਘੁਲੀ ਹੋਈ ਆ ਤਾਂ ਕਰਕੇ ਇਹਦਾ ਰੰਗ ਇਹੋ ਜਿਹਾ ਜੇ ਨਿਤਾਰਿਆ ਜਾਵੇ ਤਾਂ ਪਾਣੀ ਇਹ ਵੀ ਸਾਫ ਹੀ ਆ ਗਿਊ ਵੱਲੋਂ ਜਿਹੜਾ ਨਾਲਾ ਆਉਂਦਾ ਪਾਣੀ ਉਹ ਉੱਥੇ ਆ ਕੇ ਸਪੀਤੀ ਦੇ ਵਿੱਚ ਰਲ ਗਿਆ ਉਹ ਪਰਲੇ ਪਾਸੇ ਨੂੰ ਸਪੀਤੀ ਵਗੀ ਜਾਂਦਾ ਹੁਣ ਦੁਪਹਿਰ 2:15 ਦਾ ਟਾਈਮ ਹੋ ਗਿਆ ਹੁਣ ਆਪਣਾ ਸਫ਼ਰ ਫਿਰ ਦਰਿਆ ਸਪੀਤੀ ਦੇ ਨਾਲ ਨਾਲ ਹੁਰਲਿੰਗ ਵੱਲ ਪਹਾੜ ਆ ਜਿਹੜੇ ਇਹ ਬਿਲਕੁਲ ਕੱਚੇ ਆ ਨਿੱਕੀਆਂ ਨਿੱਕੀਆਂ ਡਲੀਆਂ ਤਾਂ ਤੋਂ ਸਿੱਟੀ ਜਾਂਦੇ ਆ ਲਗਾਤਾਰ ਹੀ ਵਿੱਚ ਵਿੱਚ ਕੋਈ ਵੱਡਾ ਪੱਥਰ ਵੀ ਆ ਜਾਂਦਾ ਦਰਿਆ ਸਪੀਤੀ ਦੇ ਨਾਲ ਆਹ ਰਾਹ ਬਿਲਕੁਲ ਉਜਾੜ ਆ ਪਹਾੜ ਵੀ ਇਹ ਜਮੇ ਚੁੱਪ ਜਿਹੇ ਆ ਕੋਈ ਇੱਥੇ ਆਬਾਦੀ ਨਹੀਂ ਅਤੇ ਕੋਈ ਆਵਾਜਾਈ ਨਹੀਂ ਜਮੇ ਨਾਲ ਆ ਦਰਿਆ ਇਹਦੇ ਐਂ ਕਿਲਮ ਖੱਡ ਬਣ ਜਾਂਦੀ ਆ ਇਹ ਪਹਾੜ ਬਿਲਕੁਲ ਨਾਲ ਨੇ ਇੱਧਰ ਕੋਈ ਬਹੁਤੀ ਵਿੱਥੀ ਨਹੀਂ ਸੜਕ ਅਤੇ ਨਾਲ ਹੀ ਡੂੰਘਾ ਦਰਿਆ ਸੋਹਣਾ ਝਾਕਾ ਬਾਕਾ ਬਣਦਾ ਇਹ ਹੁਰਲਿੰਗ ਪਹੁੰਚਣ ਵਾਲੇ ਹੋਵਾਂਗੇ ਆਪਾਂ ਹਜੇ 2 ਵਜੇ ਆ ਖੜਮੀ ਚੜ੍ਹਾਈ ਦਾ ਖੈਰ ਹੈ ਨਹੀਂ ਕਦੇ ਥੋੜ੍ਹਾ ਚੜ੍ਹਨਾ ਪੈਂਦਾ ਅਤੇ ਫਿਰ ਉਤਰਨਾ ਪੈਂਦਾ ਜਦੋਂ ਉਤਰਦੇ ਹਾਂ ਉਦੋਂ ਹਵਾ ਕਈ ਤੇਜ਼ ਬੁੱਲਾਂ ਵੱਜਦਾ ਉਦੋਂ ਸਾਈਕਲ ਸੰਭਾਲਣਾ ਪੈਂਦਾ
ਸਾਈਕਲ ਨੂੰ ਡੋਲਾ ਦੇ ਦਿੱਤੀ ਆਵਾਜ਼ ਨੂੰ ਕਿਉਂਕਿ ਡੋਲੇ ਦੇ ਇੱਥੇ ਕੋਈ ਗਜੈਸ਼ ਨਹੀਂ ਪੀ ਰਹੇ ਆ ਨਾਲ ਪਗੀ ਜਾਂਦਾ ਪਤੇਉਰਾ ਲਓ ਜੀ ਕੀ ਆ ਬਾਈ ਆ ਗਿਆ ਜੀ ਹਰਲਿੰਗ ਪੋਸਟ ਆਫਿਸ ਗੌਰਮੈਂਟ ਅਤੇ ਆਯੁਰਵੇਦਿਕ ਹੈਲਥ ਸੈਂਟਰ ਹਰਲਿੰਗ 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 ਹਰਲ ਹਰਲ ਕਰਦੇ ਹਰਲਿੰਗ ਪਹੁੰਚ ਗਏ ਦੇਵ ਸਿੰਘ ਆਪਾਂ ਹਰਲਿੰਗ ਵਿਲੇਜ ਐਟ ਕਿਲੋਮੀਟਰ ਪਹੁੰਚ ਗਏ ਇਹ ਪਤਾ ਨਹੀਂ ਕੀ ਲਿਖੀ ਬੈਠਿਆ ਕਰੇਲੇ ਸਹਾਇਕ ਅਭਿਆਨਤਾ ਹਿਮਾਚਲ ਪ੍ਰਦੇਸ਼ ਲੋਕ ਨਿਰਮਾਣ ਵਿਭਾਗ ਜ਼ਿਲ੍ਹਾ ਇਹਦਾ ਲਾਹੌਰ ਸਪੀਤੀ ਆ ਆਹ ਇਲਾਕੇ ਦਾ ਜਿੱਥੇ ਆਪਾਂ ਫਿਰਦੇ ਹਾਂ ਜ਼ਿਲ੍ਹਾ ਲਾਹੌਰ ਸਪੀਤੀ ਆ ਅਤੇ ਜ਼ਿਲ੍ਹੇ ਦੇ ਜਿਹੜੇ ਕੰਮ ਆ ਸਾਰੇ ਉਹ ਕੀ ਕਹਿੰਦੇ ਹੁੰਦੇ ਜ਼ਿਲ੍ਹਾ ਹੈੱਡਕੁਆਟਰ ਆ ਉਹ ਕਾਜ਼ਾ ਇਸ ਇਲਾਕੇ ਦਾ ਜਿਵੇਂ ਕਨੌਰ ਦਾ ਹੈੱਡਕੁਆਟਰ ਸੀਗਾ ਪੀ ਓ ਹੁਣ ਆਪਾਂ ਇੱਥੋਂ ਕੋਈ ਥਾਂ ਟਿਕਾਣਾ ਲੱਭਦੇ ਹਾਂ ਕੁਛ ਖਾ ਪੀ ਕੇ ਅਤੇ ਫਿਰ ਆਪਾਂ ਵਧਾਂਗੇ ਧਾਬੋ ਵੱਲ ਨੂੰ ਧਾਬੋ ਇੱਥੋਂ 20 ਕਿਲੋਮੀਟਰ ਆ ਹਰਲਿੰਗ ਦੇ ਵਿੱਚ ਹੋਮ ਸਟੇ ਵੀ ਬਣੇ ਹੋਏ ਆ ਅਤੇ ਆ ਖਾਣ ਪੀਣ ਦਾ ਪ੍ਰਬੰਧ ਵੀ ਹੈਗਾ ਤਾਂ ਐਨਜਿਨ ਬੈਸਟ ਫੂਡ ਕਾਰਨਰ ਕੀ ਕਹਿਤਾ ਭਾਅ ਜੀ ਤੁਸੀਂ ਚਾਰ ਕੁੱਕ ਪੱਟੀ ਨਾਈਸ ਪਤਾ ਕੀ ਆ ਲੋੜ ਸੀ ਕਾਲੀ ਕਾਲਾ ਕੱਪੜਾ ਗਰਮੀ ਵਾਲੀ ਅਬਜ਼ਰਵ ਕਰਦਾ ਹੁਣ ਆਪਾਂ ਨੀਵੀ ਥਾਂ ਤੇ ਦੇਵ ਤਾਂ ਕਰਕੇ ਗਰਮੈਸ਼ ਵਾਲੀ ਲੱਗਦੀ ਸੀ ਹਾਂ ਹੁਣ ਤਾਂ ਗਰਮ ਥੱਲੇ ਆ ਗਏ ਨਾ ਬਹੁਤ ਨਿਕਰ ਚ ਹੋ ਗਈ ਹੁਣ ਕੱਢਾਂਗੇ ਬਾਟ ਤਾਬੋ ਦੀ ਅੱਜ ਤਾਂ ਮੇਰਾ ਜਾਇ ਜੀ ਕਰੀ ਤਾਂ ਮੈਂ ਤੁਹਾਨੂੰ ਕਾਜੇ ਲਾ ਦਿਆਂ ਸਾਈਕਲ ਨਹੀਂ ਫਿਰ ਤਾਬੋ ਦੀ ਮਨਿਸਟਰੀ ਰਹਿ ਜੂ ਦੇਖਣ ਵਾਲੀ ਪਰ ਮਨਿਸਟਰੀ ਰਹਿ ਜੂਗੀ ਤੂੰ ਤਾਰੀ ਜਜ਼ਬਾਤਾਂ ਦੇ ਕਾਬੂ ਰੱਖਿਆ ਕਰ ਪੱਧਰ ਥਾਂ ਜੋ ਚਾਂਪਲ ਜਾਂਦਾ ਮੈਂ ਇਹ ਪਹਾੜਾਂ 'ਚ ਲੋਏ ਲੋਟ ਆਉਣਾ ਮੈਂ ਜਦੋਂ ਉੱਚਾ ਨਹੀਂ ਥਾਂ ਹੋਵੇ ਪੱਧਰ ਥਾਂ ਤੇ ਮੈਂ ਵੱਧ ਵੱਧ ਪੈਂਦਾ ਸਾਈਕਲ ਨੂੰ ਟਾਬੋ ਕਾਜ਼ਾ ਚੰਦਰਤਾਲ ਮੈਨੀ ਮੂਰੈਂਡ ਦਿਨ ਮਨਾਲੀ ਹਜੇ ਤੱਕ ਆ ਮਗਰਲੇ 15 ਦਿਨ ਕੁੱਦਿਆ ਹਜੇ ਤੱਕ 15-18 ਦਿਨ ਹੋਰ ਅਜੇ ਤੱਕ ਰੰਗੀਨ ਹੋਣ ਵਾਲੇ ਆ ਪੂਰੇ ਅਗਲੇ ਦਿਨਾਂ 'ਚ ਟਰੈਕਿੰਗ ਬਹੁਤ ਸੋਹਣੀ ਕਰਨੀ ਆ ਛੱਡਣਾ ਨਹੀਂ ਕੁਛ ਹਿਮਾਚਲ ਦਾ ਹਿਮਾਚਲ ਦਾ ਮਾਫੀ ਮੰਗ ਹਾਂ ਆਪਣਾ ਕਈ ਦਿਨ ਇਹਨਾਂ ਖੁਸ਼ਕ ਪਹਾੜਾਂ ਦੇ ਵਿੱਚ ਸਫ਼ਰ ਰਿਹਾ ਇੰਨੀ ਖੁਸ਼ਕੀ ਦੇ ਵਿੱਚ ਵੀ ਸੇਬਾਂ ਨਾਲ ਲੱਦੇ ਹੋਏ ਦਰਖਤ ਵਾਕਈ ਬੜੀ ਹੈਰਾਨੀ ਦੀ ਗੱਲ ਹੈ ਇੱਧਰ ਸੇਬ ਦਾ ਸਾਈਜ਼ ਨਿੱਕਾ ਰੰਗ ਲਾਲਾ ਜ਼ਿਆਦੇ ਹਨਾ ਦੱਸਦੇ ਆ ਦੇਵ ਜਿਹੜੇ ਆ ਖੁਸ਼ਕੀ ਦੇ ਇਲਾਕੇ ਦੇ ਸੇਬ ਆ ਨਾ ਇਹਨਾਂ ਨੂੰ ਜ਼ਿਆਦਾ ਚੰਗਾ ਮੰਨਿਆ ਜਾਂਦਾ ਕਾਰਨ ਪਤਾ ਨਹੀਂ ਕੀ ਆ ਉਧਰ ਲਾਲੀ ਸੇਬਾਂ ਚ ਜ਼ਿਆਦੇ ਆ ਸਾਈਜ਼ ਨਿੱਕਾ ਉਹਨਾਂ ਨਾਲੋਂ ਥੱਲੇ ਦੇ ਸੇਬ ਹਾਂ ਕੱਦ ਘੱਟ ਨਿੱਕਾ ਜਿਹੜੇ ਆਪਣੇ ਕੋਲੇ ਵੀ ਨਿੱਕੇ ਨਿੱਕੇ ਆ ਕਹਿੰਦੇ ਨਾ ਜਿੰਨਾ ਨਿੱਕਾ ਉਹਨਾਂ ਤਿੱਖਾ ਹਾਂ ਨਾਈਸ ਆਪਾਂ ਪਹੁੰਚ ਗਏ ਬਾਈ ਚੰਡੀਗੜ੍ਹ ਦੇਖੋ ਚੰਡੀਗੜ੍ਹ ਓਏ ਇਹਦਾ ਨਾਂ ਚੰਡੀਗੜ੍ਹ ਆ ਕਮਾਲ ਦੀ ਗੱਲ ਹੈ ਯਾਰ ਇਹਨਾਂ ਨੇ ਆਪਣਾ ਨਾਂ ਰੱਖਿਆ ਐਟ ਕਿਲੋਮੀਟਰ ਪਤਾ ਨਹੀਂ ਇਹ ਕਾਹਤੋਂ ਲਿਖ ਦਿੰਦੇ ਆ ਇਹ ਜੀਰੋ ਹੀ ਹੁੰਦਾ ਅਸਲ ਦੇ ਵਿੱਚ ਇਹ ਵਰਸ਼ ਸ਼ਾਲਿਕਾ ਚੰਡੀਗੜ੍ਹ ਕਿਆ ਬਾਤ ਹੈ ਯਾਰ ਚੰਡੀਗੜ੍ਹ ਪਹੁੰਚ ਗਏ ਆਪਾਂ ਕਿਹੜੇ ਗੰਦੇ ਦਿੰਦੇ ਦਰਿਆ ਸਪੀਤੀ ਦੇ ਨਾਲ ਨਾਲ ਸੇਬਾਂ ਦੇ ਬਾਗਾਂ ਦੇ ਵਿੱਚ ਦੀ ਆਪਣਾ ਸਫ਼ਰ ਹੈ ਇਹ ਅਤੇ ਸੁਣਨ ਦੇ ਵਿੱਚ ਆਇਆ ਵੀ ਕਹਿੰਦੇ ਤਾਬੋ ਤੱਕ ਤੁਹਾਨੂੰ ਪੱਧਰ ਰਾਹ ਮਿਲਣਾ ਅਤੇ ਜੇ ਰਾਹ ਪੱਧਰ ਮਿਲਿਆ ਤਾਂ ਇਹਦਾ ਮਤਲਬ ਆਪਣੇ ਗੇਅਰ ਵੀ ਵੱਡੇ ਰਹਿਣਗੇ ਅਤੇ ਭਾਜ ਵੀ ਵੱਧ ਹੋਊਗੀ ਬਹੁਤ ਦਿਨਾਂ ਬਾਅਦ ਥੋੜ੍ਹੇ ਜਿਹੇ ਸਾਈਕਲਾਂ 'ਚ ਰਵੇਂ ਤੁਰਨ ਲੱਗੇ ਆ ਕਿਉਂਕਿ ਚੜ੍ਹਾਈਆਂ 'ਤੇ ਤਾਂ ਹੌਲੀ ਹੌਲੀ ਚੜ੍ਹਨਾ ਪੈਂਦਾ ਆਪਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਪਹਾੜਾਂ ਦੇ ਵਿੱਚ ਧਰਾਤਲ ਆ ਜਿਹੜਾ ਉਹ ਥਾਂ ਥਾਂ 'ਤੇ ਪੈਰ ਪੈਰ 'ਤੇ ਬਦਲੀ ਜਾਂਦਾ ਪਰਲੇ ਪਾਸੇ ਹੁਣ ਇੱਕਾ ਜਿਹਾ ਮੈਦਾਨ ਆ ਗਿਆ ਜਿਹੜਾ ਸਾਹਮਣਾ ਪਹਾੜ ਆ ਉਹ ਬਿਲਕੁਲ ਸਵਾਰ ਗਾ ਐਂ ਟੇਪਰ ਆ ਪੂਰਾ ਉਹ ਇਹ ਵੱਖਰੇ ਤਰ੍ਹਾਂ ਦੀ ਗੱਲਬਾਤ ਆ ਗਈ ਥੋੜ੍ਹਾ ਜਿਹਾ ਇੱਥੇ ਮਤਲਬ ਕਿਹੜੀ ਆ ਬੈਲੀ ਆ ਇਹ ਖੁੱਲ੍ਹ ਗਈ ਖੁੱਲ੍ਹਾ ਕੰਮ ਆ ਇਹ ਪਿਛਲੇ ਕਲਿੱਪ 'ਚ ਆਪਾਂ ਗੱਲ ਕੀਤੀ ਸੀ ਵੀ ਅੱਗੇ ਜਾ ਕੇ ਟੇਪਰ 'ਚ ਪਹਾੜ ਆ ਜਿਹੜੇ ਪਹਾੜ ਆ ਇਹ ਬਜਰੀ ਜੀ ਵਰਗੇ ਆ ਬਜਰੀ ਜੀ ਵਰਗੇ ਆ ਇਹੋ ਜਿਹੇ ਇਹ ਕਿਰੀ ਜਾਂਦੇ ਆ ਤਾਂ ਤੋਂ ਲਗਾਤਾਰ ਹੀ ਕਿਰੀ ਜਾਂਦੇ ਥੱਲੇ ਨੂੰ ਉਹਦੇ ਅਤੇ ਆ ਕੰਧ ਕੱਢੀ ਹੋਈ ਆ ਪੱਥਰਾਂ ਦੀ ਪੱਥਰਾਂ ਨੇ ਰੋਕਿਆ ਕਈ ਥਾਈਂ ਕੰਧ ਨੂੰ ਭੰਨ ਕੇ ਗਾਂਹ ਆ ਗਏ ਜਿੱਥੇ ਕੰਧ ਨਹੀਂ ਹੈਗੀ ਉੱਥੇ ਸੜਕ 'ਤੇ ਆ ਜਾਂਦੇ ਅਤੇ ਫਿਰ ਸੜਕ ਦੀ ਸਫਾਈ ਕਰਨੀ ਪੈਂਦੀ ਇਹਨਾਂ ਨੂੰ ਪਾਸੇ ਕਰਨਾ ਪੈਂਦਾ ਇਹ ਕਿਉਂਕਿ ਆਹ ਵੇ ਜਿਵੇਂ ਆ ਉੱਤੋਂ ਦੀ ਕਿਰ ਕਰਕੇ ਹਵਾ ਨਾਲ ਹੀ ਆ ਜਾਂਦੇ ਆ ਦੇਵ ਇਹ ਪੱਤਰੀਆਂ ਦੀਆਂ ਹਵਾ ਨਾਲ ਹੀ ਉੱਡ ਜਾਂਦੀਆਂ
ਦਰਿਆ ਸਪੀਤੀ ਇੱਥੇ ਮੋੜ ਕੱਟਦਾ ਐਲ ਬਣਦੀ ਆ ਅਤੇ ਇੱਧਰਲੇ ਪਾਸੇ ਪਿੰਡ ਸੁਮਰਾ ਸੁਮਰਾ ਪਿੰਡ ਦੇ ਵਿੱਚ ਦੋ ਟਾਵਰ ਲੱਗੇ ਆ ਜੀਓ ਅਤੇ ਏਅਰਟੈੱਲ ਇਹ ਪਿੱਛੇ ਹਟਮਾ ਜਿਹਾ ਪਿੰਡ ਹੈ ਪਤਾ ਨਹੀਂ ਬਾਈਆਂ ਦਾ ਕਿਵੇਂ ਜੀ ਲੱਗਦਾ ਖੈਰ ਜਨਮ ਭੂ ਉਹਨਾਂ ਦੀ ਆਪਣੇ ਵਰਗਿਆਂ ਨੂੰ ਚੱਲ ਘੁੰਮਣ ਨੂੰ ਤਾਂ ਠੀਕ ਆ ਪਰ ਜੇ ਆਪਾਂ ਸੋਚੀਏ ਵੀ ਰਹਿ ਪਾਂਗੇ ਤਾਂ ਨਹੀਂ ਊਂ ਜੇ ਪਰਚਾ ਪੁਰਚਾ ਹੋ ਜਾਵੇ ਬੰਦੇ 'ਤੇ ਤਾਂ ਫਿਰ ਲੋਟਰਾਂ ਦੇ ਬੇਦਰ ਆਉਣ ਨੂੰ ਬਾਈ ਹੈ ਨਾ ਉਹ ਖੜ ਗਈ ਗੱਡੀ ਦੇਖਣ ਵਾਲੇ ਨੂੰ ਸਮਾਂ ਲੱਗ ਸਕਦਾ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਕਈ ਵਾਰੀ ਇਹੋ ਜਿਹੀ ਕਹਾਣੀਆਂ 'ਚ ਗੱਲਬਾਤ ਇਹ ਵੀ ਕਿਲੋ ਕਿਲੋਮੀਟਰ ਬਾਅਦ ਸੀਨ ਬਦਲੀ ਜਾਂਦੇ ਆ ਦਰਿਆ ਸਪੀਤੀ ਦਾ ਨਜ਼ਾਰਾ ਪਹਾੜਾਂ ਦੇ ਵਿੱਚ ਬਾਹਲਾ ਸੋਹਣਾ ਬਣਦਾ ਤਾਂ ਕਰਕੇ ਇਹੋ ਜਿਹੇ ਸ਼ੋਟ ਲੈਣੇ ਬਣਦੇ ਆ ਨਹੀਂ ਇਹੋ ਜਿਹੇ ਇਲਾਕਿਆਂ ਦੇ ਵਿੱਚ ਇੱਕ ਅੱਧੀ ਗੇੜਾ ਵੱਜਦਾ ਗੇੜਾ ਰੋਜ਼ ਰੋਜ਼ ਆ ਜਾਂਦਾ ਬਹੁਤ ਸ਼ਾਨਦਾਰ ਮਾਹੌਲ ਆ ਯਾਰ ਬੇਸ਼ੱਕ ਬੇਸ਼ੱਕ ਨਿਕਲ ਗਿਆ ਮੂੰਹ ਬੇਸ਼ੱਕ ਇਹ ਪਹਾੜਾਂ ਦੀ ਖੁਸ਼ਕ ਪਹਾੜ ਆ ਹੈ ਨਾ ਵੀ ਬੇਆਬਾਦ ਆ ਪਰ ਜਿਵੇਂ ਉਹ ਸਾਹਮਣੇ ਪੱਥਰਾਂ ਦੀਆਂ ਕੰਧਾਂ ਕੱਢੀਆਂ ਹੋਈਆਂ ਨੇ ਇੱਥੇ ਵੀ ਆਪਣੇ ਵਾਂਗੂ ਉਹੀ ਪਟਵਾਰੀ ਕਾਨੂੰਨ ਕੋ ਮਾਲ ਵਿਭਾਗ ਸਾਰੇ ਦਾ ਸਾਰਾ ਕੰਮ ਕਰਦਾ ਟਾਬੂ ਕਿੰਨਾ ਪਹੁੰਚ ਗਏ ਤੇ ਹੈਂ ਚੱਲ ਕੋਈ ਨਾ ਅਤੇ ਮਤਲਬ ਸਾਰੀ ਦੀ ਸਾਰੀ ਜ਼ਮੀਨ ਆ ਇਹਦੇ ਲੋਕਾਂ ਦੇ ਕਬਜ਼ੇ ਕੀਤੇ ਹੋਏ ਆ ਹਾਂ ਜਿਹੜੀਆਂ ਟੀਸੀਆਂ ਨੇ ਉਹ ਹੋ ਸਕਦਾ ਵੀ ਬੇਅਬਾ ਉਹ ਮਤਲਬ ਕਿਸ ਦੇ ਨਾਂ ਮਾਲਕੀ 'ਚ ਹੋਣ ਬਾਕੀ ਇਹ ਐਂ ਹੀ ਆ ਗੱਲਬਾਤ ਆਹ ਪਿੰਡ ਦਾ ਨਾਮ ਆ ਲਰੀ ਲੱਲਾ ਰਾਰੇ ਪਿਆਰੀ ਮੇਨ ਰੋਡ ਦੇ ਉੱਤੇ ਆ ਪਿੰਡ ਇਹ ਇੱਥੇ ਬੋਰਡ ਲੱਗਾ ਹੋਇਆ ਉਹਦੇ ਮੁਤਾਬਕ ਇਹ ਪਿੰਡ ਦੀ ਆਬਾਦੀ 235 ਆ ਅਤੇ ਹਾਂ ਤੂੰ ਖੁਰਕਲਾ ਪਹਿਲਾਂ ਅਤੇ ਬਾਕੀ ਇਹਦਾ ਐਲੀਵੇਸ਼ਨ ਦੂਜਾ ਐਲਟੀਟਿਊਡ ਹੈਗਾ ਇਹਦਾ 3400 ਮੀਟਰ ਦੇ ਨੇੜੇ ਆ ਲਰੀ ਪਿੰਡ ਤੋਂ ਆਪਾਂ ਤਾਬੋ ਵਾਲੇ ਰਾਹ ਨੂੰ ਪੈ ਗਏ ਅਤੇ ਸਾਹਮਣੇ ਦਾ ਪਹਾੜ ਦੇਖਣ ਵਾਲਾ ਹੈ ਬਿਲਕੁਲ ਪੱਧਰਾ ਸਾਰਾ ਰੇਤਾ ਜਿਹਾ ਬਸ ਐਂ ਥੱਲੇ ਨੂੰ ਆਇਆ ਵਾ ਇਹ ਪਹਾੜ ਦੀ ਚੋਟੀ ਦੇ ਸਿਖਰ 'ਤੇ ਬਣਾਈ ਬੈਠਿਆ ਮਹਾਤਮਾ ਬੁੱਧ ਹੋਣਾ ਦੀ ਮੂਰਤੀ ਅਤੇ ਇੱਧਰਲੇ ਪਾਸੇ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਆ ਜਿਹੜਾ ਆਪਣੇ ਬਠਿੰਡੇ ਜ਼ਿਲ੍ਹੇ 'ਚ ਤਿਉਣਾ ਪਜਾਰੀਆਂ 'ਚ ਅੱਜ ਦਾ ਆਪਣਾ ਸਫ਼ਰ ਇਹਨਾਂ ਝਾਕਾਂ ਭਾਕਿਆਂ ਦੇ ਨਾਂ ਰਿਹਾ ਕਮਾਲ ਦੀਆਂ ਗੱਲਾਂ ਬਾਤਾਂ ਦਰਿਆ ਇੱਥੇ ਆ ਕੇ ਵਲ ਖਾਈ ਜਾਂਦਾ ਉਹ ਬੱਦਲਾਂ ਵਿੱਚ ਦੀ ਸੂਰਜ ਦੀਆਂ ਥੱਲੇ ਕਿਰਨਾਂ ਪੈਂਦੀਆਂ ਅਤੇ ਉਹ ਵੀ ਆਪਾਂ ਨੂੰ ਦਿਸੀ ਜਾਂਦੀਆਂ ਜਿੱਥੇ ਸਾਹਮਣੇ ਹਰਿਆਲੀ ਆ ਇਹ ਤਾਬੂ ਆ ਅਤੇ ਤਾਬੂ ਆਪਾਂ ਪਹੁੰਚਣ ਵਾਲੇ ਹਾਂ ਦਰਿਆ ਦੇ ਕੰਢੇ ਆਪਣੇ ਸਾਹਮਣੇ ਫਰੇਮ ਦੇ ਵਿੱਚ ਹੁਣ ਦਿਸੀ ਜਾਂਦਾ ਪਿੰਡ ਤਾਬੂ ਤਾਬੂ ਪਹੁੰਚ ਗਏ ਆਪਾਂ ਇੱਧਰ ਸੇਬਾਂ ਦੀ ਤੂੜਾ ਤੜਾਈ ਚੱਲੀ ਜਾਂਦੀ ਆ ਤਾਬੋ ਦੇ ਵਿੱਚ ਬਹੁਤ ਸਾਰੇ ਹੋਮ ਸਟੇ ਬਣੇ ਹੋਏ ਥਾਂ ਥਾਂ 'ਤੇ ਕਿਵੇਂ ਦੇਬੇ ਅੱਜ ਦਾ ਪਿੰਡ ਆਪਣਾ ਬਹੁਤ ਸ਼ਾਨਦਾਰ ਰਿਹਾ ਸੋਹਣਾ ਸਫ਼ਰ ਰਿਹਾ ਆਪਾਂ ਹੁਣ ਤਾਬੋ ਬੈਠੇ ਹਾਂ ਤਾਬੋ ਇੱਥੇ ਇੱਕ ਹੋਮ ਸਟੇ ਦੇ ਵਿੱਚ ਨਿੱਕਾ ਜਿਹਾ ਕਮਰਾ ਲੈ ਲਿਆ ਸੀਗਾ ਨਹਾਉਣ ਨੂੰ ਲੈ ਕੇ ਅਸੀਂ ਨਹਾਤੇ ਹਾਂ ਅੱਜ ਗਰਮ ਪਾਣੀ ਮਿਲ ਗਿਆ ਸੀਗਾ ਨਹਾਉਣ ਨੂੰ ਅਤੇ ਕੱਲ੍ਹ ਨੂੰ ਆਪਾਂ ਤਾਬੋ ਦੀਆਂ ਥਾਵਾਂ ਦੇਖਾਂਗੇ ਜਿਹੜੀਆਂ ਦੇਖਣ ਯੋਗ ਨੇ ਸੋਹਣਾ ਥਾਂ ਇਹ ਦਰਿਆ ਦੇ ਕੰਢੇ 'ਤੇ ਅਤੇ ਕੱਲ੍ਹ ਨੂੰ ਤਾਬੋ ਦੇ ਰੰਗ ਢੰਗ ਦੇਖਦੇ ਹਾਂ ਤਾਬੋ ਦੀ ਇੱਕ ਬੜੀ ਮਸ਼ਹੂਰ ਮੋਨੈਸਟਰੀ ਆ ਉਹ ਦੇਖਦੇ ਹਾਂ ਹੋਰ ਗੱਲਾਂ ਬਾਤਾਂ ਜੁੜੇ ਰਹੋ ਆਪਣੇ ਸਫ਼ਰਾਂ ਦੇ ਨਾਲ ਮਿਲਦੇ ਹਾਂ ਆਪਾਂ ਕੱਲ੍ਹ ਨੂੰ ਨਵੇਂ ਸਫ਼ਰ ਨਵੀਆਂ ਰਾਵਾਂ ਨਵੇਂ ਲੋਕਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ